ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਪ੍ਰੋਗਰਾਮ ਦੀ ਅੱਜ ਦੀ ਲੜੀ ਵਿੱਚ ਅਸੀਂ ਕਰਤਾਰ ਸਿੰਘ ਦੁੱਗਲ ਦੀ ਜੀਵਨ ਰਚਨਾ ਸੰਬੰਧੀ ਵਿਚਾਰ ਚਰਚਾ ਕਰਾਂਗੇ ਕਰਤਾਰ ਸਿੰਘ ਦੁੱਗਲ ਇੱਕ ਪੰਜਾਬੀ ਲੇਖਕ ਸੀ ਉਹ ਪੰਜਾਬੀ ਉਰਦੂ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਦਾ ਸੀ ਉਸਨੇ ਨਿੱਕੀ ਕਹਾਣੀ ਤੋਂ ਬਿਨਾ ਨਾਵਲ ਨਾਟਕ ਰੇਡੀਓ ਨਾਟਕ ਤੇ ਕਵਿਤਾ ਵੀ ਲਿਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਵੀ ਉਹਨਾਂ ਨੇ ਕੀਤਾ ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਤਮਾਲ ਜ਼ਿਲ੍ਹਾ 라ਵਲਪਿੰਡੀ ਹੁਣ ਪਾਕਿਸਤਾਨ ਵਿੱਚ ਹੈ ਵਿਖੇ 1 ਮਾਰਚ 1917 ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਐਮ ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡੀਓ ਤੋਂ ਸ਼ੁਰੂ ਕੀਤਾ ਸੀ ਇਸ ادارے ਨਾਲ ਉਹਨਾਂ ਨੇ 1942 ਤੋਂ 1968 ਤੱਕ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਕੰਮ ਕਰਦਾ ਰਿਹਾ ਅਤੇ ਸਟੇਸ਼ਨ ਡਾਇਰੈਕਟਰ ਬਣਿਆ ਅਤੇ ਸਟੇਸ਼ਨ ਡਾਇਰੈਕਟਰ ਵੀ ਬਣਿਆ ਇਸ ਦੌਰਾਨ ਉਸਨੇ ਪੰਜਾਬੀ ਅਤੇ ਹੋਰ ਨਾਪਛਾਵਾਂ ਵਿੱਚ ਪ੍ਰੋਗਰਾਮ ਬਣਾਉਣ ਦਾ ਕਾਰਜ ਭਾਰ ਨਿਭਾਇਆ ਦੁੱਗਲ 1968 ਤੋਂ 1973 ਤੱਕ ਨੈਸ਼ਨਲ ਬੁੱਕ ٹرسٹ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਿਹਾ ਉਸਨੇ ਸੋਚਨਾ ਐਡਵਾਈਜ਼ਰ ਵਜੋਂ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਵਿੱਚ ਵੀ ਕੰਮ ਕੀਤਾ ਐਜ਼ ਅ ਪਲੈਨਿੰਗ ਕਮਿਸ਼ਨਰ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ ਉਹ ਕਈ ਸੰਸਥਾਵਾਂ ਦਾ ਸੰਸਥਾਪਕ ਵੀ ਸੀ ਜਿਨ੍ਹਾਂ ਵਿੱਚ ਰਾਜਾ ਰਾਮ ਮੋਨ ਰਾਏ ਲਾਇਬ੍ਰੇਰੀ ਫਾਊਂਡੇਸ਼ਨ ਇੰਸਟੀਚਿਊਟ ਆਫ ਸੋਸ਼ਲ ਐਂਡ ਇਕਨੋਮਿਕ ਚੇਂਜ ਬੰਗਲੌਰ ਜਾਕਰ हुसैन ਐਜੂਕੇਸ਼ਨਲ ਫਾਊਂਡੇਸ਼ਨ ਸ਼ਾਮਲ ਹਨ ਓਹੋ ਸਾਇਤਕ ਖੇਤਰ ਦੀਆਂ ਕਈ ਸੰਸਥਾਵਾਂ ਦੇ ਅਹੁਦੇਦਾਰ ਵੀ ਰਹੇ ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੌਜੂਦਾ ਪ੍ਰਧਾਨ ਸੀ ਅਤੇ 1984 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨੋਮੀਨੇਟਿਡ ਫੈਲੋ ਵੀ ਬਣੇ ਅਗਸਤ 1970 ਨੂੰ ਉਹਨਾਂ ਨੂੰ ਸਤਕਾਰ ਦਿੰਦਿਆਂ ਹੋਇਆਂ ਰਾਜ ਸਭਾ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ। ਅਤਿਅੰਤ 26 ਜਨਵਰੀ 2012 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਸੀ। ਉਹਨਾਂ ਦੀਆਂ ਰਚਨਾਵਾਂ ਦੀ ਗੱਲ ਕਰੀਏ ਉਹਨਾਂ ਦੇ ਕਹਾਣੀ ਸੰਗ੍ਰਹਿ ਉਹਨਾਂ ਦੇ ਸਰਲੇਖ ਇਸ ਪ੍ਰਕਾਰ ਨੇ ਸਵੇਰ ਸਾਰ ਪਿੱਪਲ ਪੱਤੀਆਂ ਕੁੜੀ ਕਹਾਣੀ ਕਰਦੀ ਗਈ ਡੰਗਰ ਅੱਗ ਖਾਣ ਵਾਲੇ ਕਰਾਮਾਤ ਪਾਰੇ ਮੈਰੇ ਇੱਕ ਛਟ ਚਾਨਣ ਦੀ ਮਾਜ਼ਾ ਨਹੀਂ ਮੋਇਆ ਨਮਾਕਰ ਸੁਨਾਰ ਬੰਗਲਾ ਫੁੱਲ ਤੋੜਨਾ ਮਨਾ ਹੈ ਢੋਆ ਹੋਇਆ ਬੂਹਾ ਹੰਸਾ ਆਦਮੀ ਪੈਣਗੇ ਵੈਣ ਡੁੰਗੇ ਭਾਬੀ ਜਾਨ ਮੌਤ ਇੱਕ ਗੁੰਚੇ ਦੀ ਤ੍ਰਿਸ਼ਨਾ ਤ੍ਰਿਸ਼ਨਾ ਉਹਨਾਂ ਦੀ ਫੇਮਸ ਕਹਾਣੀ ਹੈ ਜਿਹੜੀ ਕਿ ਬੀਕਾਮ ਭਾਗ ਪਹਿਲਾ ਦੇ ਸਿਲੇਬਸ ਵਿੱਚ ਵੀ ਲੱਗੀ ਹੋਈ ਹੈ ਨਾਵਲ ਆਂਧਰਾ ਪੁੰਨਿਆਂ ਦੀ ਰਾਤ ਤੇਰੇ ਬਾਣੇ ਬੰਦ ਦਰਵਾਜ਼ੇ ਮਿੱਟੀ ਮੁਸਲਮਾਨ ਕੀ ਇਸ ਤੋਂ ਬਾਅਦ ਉਹਨਾਂ ਦੇ ਨਾਟਕ ਮਿੱਠਾ ਪਾਣੀ ਪੁਰਾਣੀਆਂ ਬੋਤਲਾਂ ਤਿੰਨ ਨਾਟਕ ਸੱਤ ਨਾਟਕ ਇਹ ਉਹਨਾਂ ਦੇ ਨਾਟਕ ਨੇ ਕਵਤਾ ਸੰਗ੍ਰਹਿ ਦੀ ਗੱਲ ਕਰੀਏ ਕੰਡੇ-ਕੰਡੇ ਬੰਦੇ ਦਰਵਾਜ਼ੇ 20ਵੀਂ ਸਦੀ ਤੇ ਹੋਰ ਕਵਤਾਵਾਂ ਭਾਰਤਕ ਵਿੱਚ ਵੀ ਉਹਨਾਂ ਨੇ ਹੱਥ ਜਮਾਇਆ ਜਿਨ੍ਹਾਂ ਵਿੱਚ ਉਹਨਾਂ ਨੇ ਮੇਰੀ ਸਾਹਿਤਕ ਜੀਵਨੀ ਕਿਸ ਪੈ ਖੋਲੋਂ ਗੰਠੜੀ ਇਕਾਂਗੀ ਸੰਗ੍ਰਹਿ ਸੁੱਤੇ ਪਏ ਨਗਮੇ ਆਲੋਚਨਾ ਦੇ ਖੇਤਰ ਵਿੱਚ ਉਹਨਾਂ ਦੀਆਂ ਦੋ ਪੁਸਤਕਾਂ ਨਵੀਂ ਪੰਜਾਬੀ ਕਵਤਾ ਕਹਾਣੀ ਕਲਾ ਤੇ ਮੇਰਾ ਅਨੁਭਵ ਉਹਨਾਂ ਨੂੰ ਮਿਲੇ ਸਨਮਾਨਾਂ ਦੀ ਗੱਲ ਕਰੀਏ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ 1988 ਵਿੱਚ ਪਦਮ ਪੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਕਹਾਣੀ ਸੰਗ੍ਰਹਿ ਇੱਕ ਛਿੱਟ ਚਾਨਣ ਦੀ ਲਈ ਉਹਨਾਂ ਨੂੰ ਸਹਿਤ ਅਕਾਦਮੀ ਵੱਲੋਂ ਅਵਾਰਡ ਵੀ ਮਿਲਿਆ ਇਸ ਤੋਂ ਇਲਾਵਾ ਉਹਨਾਂ ਨੂੰ ਗਾਲਿਵ ਅਵਾਰਡ ਸੋਵੀਅਤ ਲੈਂਡ ਅਵਾਰਡ ਭਾਰਤੀ ਭਾਸ਼ਾ ਪ੍ਰੀਸ਼ਦ ਪੁਰਸਕਾਰ ਭਾਰਤੀ ਭਾਸ਼ਾ ਪ੍ਰੀਸ਼ਦ ਪੁਰਸਕਾਰ ਭਾਈ ਮੋਹਨ ਸਿੰਘ ਵੈਦ ਅਵਾਰਡ ਪੰਜਾਬੀ ਲੇਖਕ ਆਫ ਦਾ ਮਿਲੇਨੀਅਮ ਅਵਾਰਡ ਭਾਈ ਵੀਰ ਸਿੰਘ ਅਵਾਰਡ ਪ੍ਰਮਾਣ ਪੱਤਰ ਪੰਜਾਬ ਸਰਕਾਰ ਆਦ ਮਾਨ ਸਨਵਾਰੀ ਵੀ ਇਹਨਾਂ ਨੂੰ ਮਿਲ ਚੁੱਕੇ ਨੇ ਸੋ ਪ੍ਰੋਗਰਾਮ ਦੀ ਇਸ ਸਲੜੀ ਵਿੱਚ ਅਸੀਂ ਕਰਤਾਰ ਸਿੰਘ ਦੁੱਗਲ ਦੇ ਜੀਵਨ ਰਚਨਾ ਉਹਨਾਂ ਦੇ ਸਹਿਤਕ ਸਫਰ ਤੇ ਉਹਨਾਂ ਦੀਆਂ ਰਚਨਾਵਾਂ ਸੰਬੰਧੀ ਮਿਲੇ ਸਨਮਾਨਾਂ ਸੰਬੰਧੀ ਵਿਚਾਰ ਚਰਚਾ ਕੀਤੀ ਹੈ ਹਲਕੀ ਫੁਲਕੀ ਜਹੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵਿਦਿਆਰਥੀ ਸਾਥੀਆਂ ਵਿੱਚ ਇਹ ਵੀਡੀਓ ਨੂੰ ਜ਼ਰੂਰ ਸਾਂਝਾ ਕਰਿਓ ਉਮੀਦ ਕਰਦਾ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗੀ ਉਦੋਂ ਲਈ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਤੇ ਆਜ਼ਾਦ ਰਹੋ